जानकारी मेरे प्यारे दोस्तों, अज के दिन असी जो समर कैंप लगाया होया उस दे विच अज जो दिन हैगा वह है वंड छको दिवस, जिस दे विच हर एक विद्यार्थी हर एक बच्चा अपने अपने घरों कुछ समान लैके आएगा, कुछ खाण पीन दीआं वस्तुआं असी उस ग्रुप दे विच बिठा के एक दूजे नाल शेयरिंग करनी सिखावांगे। जी हाँ, मैं तुहानूं लैके चलना सीधा खालसा सीनियर सैकेंडरी स्कूल विखे जिथे समर कैंप चल रहा है, ते अज उस कैंप का सत्तवां दिन है। तो आओ फिर तुहानूं दिखाइए बच्चे किवें लर्निंग एटीट्यूड दे विच सिखदे पए है, किस तरह वो शेयरिंग करते पे है। जे तुसीं हाले तक अपने बच्चे नूं नहीं भेजिया इस कैंप विच जरूर भेजो, असीं तुहाडा तहे दिलों वेलकम करते हैं। आओ फिर देखिए कैंप का माहौल। वाहिगुरू जी का खालसा, वाहिगुरू जी की फतेह। गुरु प्यारो, असी पहुँच गए हैं गुरु गोबिंद सिंह स्टडी सर्कल वालों लगाए समर कैंप विच। तुसी देख सकते हो पिछे बच्चे जा रहे हैं, साढ़े को लगभग 350 के लगभग बच्चा इतने साढ़े को पार्टिसिपेशन दे लई हो चुका है, जिस दे विच अज असी साढ़े कैंप का सत्तवां दिन है। हाँ जी प्यारे दोस्तों, तुसी देख सकते पे हो पिछे जेड़े बच्चों के सर्कल बने हुए है, उन्हें सर्कल्स के बच्चों के कोल आपदा आपकी रिफ्रैशमेंट है, जिस दे विच वंड छको दिवस वजो असी मना रहे हैं। तो देखो सारे बच्चे नाल मापे साहबान भी इतने पहुँचे हुए ने अपने बच्चों नाल लैके, तो तुसी ये सारा नज़ारा बच्चे इस तरह करो। देखो ये सारे विद्यार्थी अपने अपने घरों तो विचो रिफ्रैशमेंट लैके आए, अपने वास्ते सारे नाल एक दूजे नाल शेयर करेंगे, साडे नाल भी शेयर करेंगे। ठीक है जी, तो तुसी देख सकते हो लगभग 300 दे नियर अबाउट बच्चा इत्थे हर रोज़ पहुँचता है। स्थान है खालसा सीनियर सैकेंडरी। लो जी, साडे कोल आ गई है मकरोनी, असीं खाण जा रहे हैं। वेरी गुड, ये वीर जी भी साडे नाल शेयर करेंगे। ठीक है जी, सो साडे रमन वीर जी मैकरोनी छकते हुए, सो बच्चे
ਇਧਰ ਵੰਡ ਕੇ ਛਕ ਰਹੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਅੱਜ ਵੰਡ ਕੇ ਛਕੋ ਦੀ ਐਕਟੀਵਿਟੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਈ ਜਾ ਰਹੀ ਹੈ ਗਿਆਨਜਨ ਸਮਰ ਕੈਂਪ ਜੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗ ਰਿਹਾ ਲਗਭਗ 350 ਦੇ ਕਰੀਬ ਬੱਚੇ ਜਿਹੜੇ ਉਹ ਪਾਰਟੀਸਪੇਟ ਕਰ ਰਹੇ ਆ ਤਾਂ ਅੱਜ ਅਸੀਂ ਸਾਰੇ ਵੰਡ ਕੇ ਛਕ ਰਹੇ ਹਾਂ ਬੱਚਿਆਂ ਨੇ ਆਪਣੇ ਆਪਣੇ ਘਰਾਂ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਲੈ ਕੇ ਆਏ ਆ ਜਿਹੜੀ ਕਿ ਅਸੀਂ ਸਾਰੇ ਵੰਡ ਕੇ ਛਕ ਰਹੇ ਹਾਂ ਹਰ ਇੱਕ ਬੱਚਾ ਕੋਈ ਨਾ ਕੋਈ ਚੀਜ਼ ਲੈ ਕੇ ਆਇਆ ਔਰ ਇਹਦੇ ਨਾਲ ਸਾਰੇ ਇੱਕ ਜਿਹੜੀ ਆਪਸ ਵਿੱਚ ਮਾਨਸਿਕੀ ਜਾਤ ਸਭ ਇੱਕ ਪਹਿਚਾਣਬੋ ਦੀ ਭਾਵਨਾ ਜਿਹੜੀ ਉਹ ਪੈਦਾ ਹੋਊਗੀ ਗੁਰੂ ਸਾਹਿਬ ਬਖਸ਼ਿਸ਼ ਕਰਨ ਅਸੀਂ ਸਾਰੇ ਇਹਨਾਂ ਜਿਹੜਾ ਗੁਰੂ ਸਾਹਿਬ ਦੇ ਬਚਨਾਂ 'ਤੇ ਪਹਿਰਾ ਦੇ ਸਕੀਏ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਗੁਰਜਿਆ ਕੌਣ ਭਲੇ ਕੋ ਮੰਦੇ ਤਾਂ ਗੁਰੂ ਸਾਹਿਬ ਕਿਰਪਾ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗਿਆਨਨਜਨ ਸਮਰ ਕੈਂਪ ਦਾ 7ਵਾਂ ਦਿਨ ਹੈ ਅਤੇ ਗੁਰੂ ਨਾਨਕ ਦੇਵ ਜੀ ਦਾ ਜਿਵੇਂ ਉਪਦੇਸ਼ ਹੈ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਅੱਜ 7ਵੇਂ ਦਿਨ ਅਸੀਂ ਬੱਚਿਆਂ ਨੂੰ ਵੰਡ ਕੇ ਛਕਣ ਦਾ ਅਭਿਆਸ ਕਰਵਾ ਰਹੇ ਹਾਂ ਸਾਰੇ ਬੱਚੇ ਆਪਣੇ ਘਰੋਂ ਕੁਛ ਨਾ ਕੁਛ ਬਣਾ ਕੇ ਲੈ ਕੇ ਆਏ ਹੈ ਔਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਾਰੇ ਜਣੇ ਵੰਡ ਕੇ ਖਾ ਰਹੇ ਨੇ ਜੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ ਪਿਆ ਅਤੇ ਮਤਲਬ ਬੜੇ ਉਤਸ਼ਾਹ ਨਾਲ ਬੱਚੇ ਇਸ ਅਭਿਆਸ ਨੂੰ ਕਰਦੇ ਪਏ ਨੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇੱਦਾਂ ਹੀ ਬੱਚੇ ਜਿਹੜੇ ਹੈ ਵੰਡ ਕੇ ਛਕਣ ਹਮੇਸ਼ਾ ਵਾਸਤੇ ਅਤੇ ਦੇਖੋ ਕਿੰਨਾ ਮਤਲਬ ਵਧੀਆ ਇੰਜੋਏ ਕਰ ਰਹੇ ਨੇ ਬੱਚੇ ਕਿੰਨਾ ਆਨੰਦ ਲੈ ਰਹੇ ਨੇ ਕਿੰਨੀਆਂ ਵਰਾਇਟੀਜ਼ ਨੇ ਖਾਣ ਵਾਸਤੇ ਇਹਨਾਂ ਕੋਲ ਬਹੁਤ ਵਧੀਆ ਲੱਗ ਰਿਹਾ ਜੀ ਬਸ ਪਰਮਾਤਮਾ ਮੇਰ ਭਰਿਆ ਸਿਰ 'ਤੇ ਹੱਥ ਰੱਖੇ ਅਤੇ ਵੰਡ ਕੇ ਐਵੇਂ ਛੱਡਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੈਂਪ ਦੌਰਾਨ ਇੱਥੇ ਵੰਡ ਛਕੋ ਸਮਾਰੋਹ ਹੋ ਰਿਹਾ ਹੈ ਅੱਜ 7ਵਾਂ ਦਿਨ ਹੈ ਸਾਰੇ ਬੱਚੇ ਆਪੋ ਆਪਣੇ ਘਰਾਂ ਦੇ ਵਿੱਚੋਂ ਚੀਜ਼ਾਂ ਬਣਾ ਕੇ ਲੈ ਕੇ ਆਏ ਨੇ ਅਤੇ ਸਾਰੇ ਵੰਡ ਛਕੋ ਸਮਾਗਮ ਨੂੰ ਬਹੁਤ ਵਧੀਆ ਅਤੇ ਉਤਸ਼ਾਹ ਨਾਲ ਮਨਾ ਰਹੇ ਨੇ ਇੱਕ ਦੂਜੇ ਨੂੰ ਵੰਡ ਕੇ ਚੀਜ਼ਾਂ ਦੇ ਰਹੇ ਨੇ ਅਤੇ ਖਾ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਪਾਲਣਾ ਕਰ ਰਹੇ ਨੇ ਦੇਖੋ ਜੀ ਛੋਟਾ ਜਿਹਾ ਬੱਚਾ ਇੱਕ ਵੀਰ ਜੀ ਵਾਸਤੇ ਲੈ ਕੇ ਆਇਆ ਰਿਫਰੈਸ਼ਮੈਂਟ ਦੇਖੋ ਜੀ ਕਿੰਨਾ ਬੱਚਿਆਂ ਦਾ ਉਤਸ਼ਾਹ ਹੈ ਕਿੰਨਾ ਪਿਆਰ ਹੈ ਜੀ ਦੇਖੋ ਹਨਾ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਦੇਖੋ ਬੱਚਾ ਪੋਪਕੋਰਨ ਲੈ ਕੇ ਸਪੈਸ਼ਲ ਅੱਜ ਮੈਂ ਇਹਨੂੰ ਹੀ ਖਵਾ ਰਿਹਾ ਓ ਵਾਹ ਠੀਕ ਹੈ ਬਾਈ ਮਜ਼ਾ ਆਇਆ ਆਹ ਮੇਰੇ ਲਈ ਕੇਲਾ ਲੈ ਕੇ ਆਇਆ ਬੱਚਾ ਕਿਆ ਬਾਤ ਹੈ ਥੈਂਕ ਯੂ ਤਾਂ ਬਹੁਤ ਮਜ਼ਾ ਆ ਰਿਹਾ ਜੀ ਸੱਚ ਫਤਿਹ ਬੁਲਾ ਦੋ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਆਨੰਦ ਆਇਆ ਅਸੀਂ ਘਰੋਂ ਬਥੇਰੀਆਂ ਚੀਜ਼ਾਂ ਬਣਾ ਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਿਆਨਨਜਨ ਸਮਰ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਅਤੇ ਸਾਨੂੰ ਇੱਥੇ ਆਉਂਦਿਆਂ ਨੂੰ 7 ਦਿਨ ਹੋ ਚੁੱਕਿਆ ਜਿਸ ਵਿੱਚ ਸਾਨੂੰ ਕਈ ਤਰ੍ਹਾਂ ਦਾ ਕੁਛ ਬਹੁਤ ਕੁਛ ਸਿੱਖਣ ਲਈ ਮਿਲਿਆ ਅਤੇ ਅੱਜ ਸਾਨੂੰ ਇੱਕ ਵੰਡ ਛਕੋ ਐਕਟੀਵਿਟੀ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਨਹੀਂ ਪਤਾ ਸੀ ਪਹਿਲਾਂ ਕਿ ਕੀ ਹੋਣ ਵਾਲਾ ਸਾਨੂੰ ਇਹਨਾਂ ਦੱਸਿਆ ਗਿਆ ਸੀ ਕਿ ਅਸੀਂ ਕੱਲ੍ਹ ਲੈ ਕੇ ਆਉਣਾ ਕੁਛ ਨਾ ਕੁਛ ਬਣਾ ਕੇ ਖਾਣ ਲਈ ਅਤੇ ਅੱਜ ਜਦੋਂ ਅਸੀਂ ਆਏ ਸਾਨੂੰ ਗਰੁੱਪ ਵਿੱਚ ਬਿਠਾਇਆ ਗਿਆ ਅਤੇ ਅਸੀਂ ਬਹੁਤ ਕੁਛ ਇੱਕ ਦੂਜੇ ਨਾਲ ਸ਼ੇਅਰ ਕਰਕੇ ਖਾਧਾ ਅਤੇ ਸਾਨੂੰ ਇਹ ਤੋਂ ਬਹੁਤ ਵਧੀਆ ਫੀਲਿੰਗ ਆਈ ਬਹੁਤ ਵਧੀਆ ਸਾਨੂੰ ਠੀਕ ਹੈ ਤੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਰ ਕੈਂਪ ਦਾ ਹਿੱਸਾ ਬਣਾਓ ਤਾਂ ਕਿ ਬੱਚੇ ਜੋ ਹੈ ਬਹੁਤ ਕੁਛ ਸਿੱਖ ਸਕਣ ਇੱਥੇ ਬਹੁਤ ਸਾਰੀਆਂ ਐਕਟੀਵਿਟੀ ਗੇਮਾਂ ਵਗੈਰਾ ਜੋ ਵੰਡ ਕੇ ਛਕ ਰਹੇ ਹੈ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਇਹ ਬੱਚੇ ਸਾਰੇ ਵੰਡ ਕੇ ਛਕ ਰਹੇ ਹੈ ਅਤੇ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਸਾਨੂੰ ਉਪਦੇਸ਼ ਹੈ ਜੋ ਵੀ ਅਸੀਂ ਖਾਣਾ ਬਣਾ ਕੇ ਲਿਆਉਣਾ ਹੈ ਉਹ ਸਾਰਿਆਂ ਦੇ ਨਾਲ ਵੰਡ ਕੇ ਛਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਫਟਰ ਸ਼ੇਅਰਿੰਗ ਹੁਣ ਆਪਾਂ ਅਰਦਾਸ ਦੇ ਵਿੱਚ ਸਾਰੇ ਸ਼ਾਮਿਲ ਹੁੰਦੇ ਹਾਂ ਅਰਦਾਸ ਬੱਚਿਆਂ ਦੇ ਵਿੱਚ ਲਾਈਨਅਪ ਹੋਵੇ ਬੱਚੇ ਲਾਈਨਅਪ ਹੋ ਰਹੇ ਹਨ ਅਤੇ ਉਦੋਂ ਬਾਅਦ ਇੱਕ ਵੀਰ ਅਨਾਊਂਸ ਕਰੇਗਾ ਹਰ ਰੋਜ਼ ਇੱਕ ਬੱਚਾ ਅਰਦਾਸ ਦੀ ਸੇਵਾ ਨਿਭਾਉਂਦਾ ਤਾਂ ਲਓ ਜੀ ਅਰਦਾਸ ਸ਼ੁਰੂ
हाँ जी प्यारे दोस्तों, तुहानू किस तरह का लग्या ये कैंप मैनू जरूर दस्या जे। सारे विद्यार्थी बड़े खुश सन, तुसी उन्हां दे चेहरे देख सकते हो किवें चेहरे दे उत्ते लालियां सन अते अखां दे विच खुशी सी कि उन्हां आपां वी इस तरह दे वध तों वध एफर्ट्स करके बच्चों के दिलों में थां बनाईए, खुशियां खेड़े पैदा करिए उन्हां दे कोमल हिरदियां दे विच। तुसी देख सकते हो वीडियो दे विच किस तरह बच्चे एक दूसरे के मूँह दे विच टॉफियां है ना, चिप्स वगैरह पैकेट वगैरह पा रहे थे। तो उन्होंने मतलब मैनू इस तरह महसूस हो रहा है कि जिवें गुरु जी महाराज जी आप सानू एक संदेशा दे रहे हैं वंड छको दा, ते क्यों ना क्यों आपां वी अपने बच्चों के कोमल हिरदियां च एक गल इंजैक्ट करिए कि हर एक चीज़ वंड के छकनी चाहिए है ता जो आप हर एक दे दिल में अपनी थां बना सकी। तो मैं गुरु गोबिंद सिंह स्टडी सर्कल के सारे वीर भैनों का समुची टीम का बहुत बहुत धन्यवाद करता है। जो होर वीडियोज़ देखने लिए साडा जिहड़ा चैनल है स्टोरीज बाय भाटिया उसनू सबसक्राइब करना ना भुलिया जे। वीडियो चंगी लगी तो जरूर लाइक करिया जे, कमेंट करिया जे, तो बैल आइकन पर भी क्लिक करिया जे। इहोजिहा ढेर सारिया होर वीडियो लैके असी जल्दी तुहाडे रूबरू होवांगे। तो मिलते हैं अगली वीडियो के, तद तक लई सत श्री अकाल, बेस्ट ऑफ लक।